ਸ਼ਾਹਕੋਟ ਵਿਖੇ ਇੱਕ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਕੰਮ ਤੋਂ ਵਾਪਸ ਘਰ ਆ ਰਹੇ ਸਨ ਕਿ ਜਦ ਉਹ ਰਾਮਗੜੀਆ ਚੌਂਕ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਸਾਈਕਲ 'ਤੇ ਇੱਕ ਬੱਚਾ ਆ ਰਿਹਾ ਸੀ, ਜਿਸ ਦੇ ਸਾਈਕਲ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਅਚਾਨਕ ਟੱਕਰ ਹੋ ਗਈ ਅਤੇ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ 'ਤੇ ਪਈ ਕੇਰੀ ਤੋਂ ਫਿਸਲ ਗਿਆ, ਜਿਸ ਕਾਰਨ ਮੋਟਰਸਾਈਕਲ ਸਮੇਤ ਚਾਰੋਂ ਨੌਜਵਾਨ ਸੜਕ 'ਤੇ ਬੁਰੀ ਤਰ੍ਹਾਂ ਨਾਲ ਡਿੱਗੇ ਅਤੇ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਮੋਟਰਸਾਈਕਲ ਅਤੇ ਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਹਾਦਸਾ ਦੇਖ ਰਾਹਗੀਰਾਂ ਨੇ ਇਸ ਦੀ ਸੂਚਨਾ 108 ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੋਟਰਸਾਈਕਲ ਚਾਲਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਦੋ ਹੋਰ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਕੀ ਗੱਲ ਹੋਈ, ਤੁਹਾਡਾ ਐਕਸੀਡੈਂਟ ਕਿੱਦਾਂ ਹੋਇਆ ਹੈਗਾ, ਕੌਣ ਕੌਣ ਸੀ ਤੁਸੀਂ? ਸਾਡਾ ਨਾ ਅਸੀਂ ਪਰੋਂ ਆਉਂਦੇ ਪਏ ਸੀ ਮੰਡੀ ਵੱਲ। ਅੱਛਾ। ਉੱਧਰ ਸਾਡਾ ਰੂਮ ਹੈਗਾ ਅਤੇ ਚੌਂਕ ਜਾ ਕੇ, ਯਾਨੀ ਕਿ ਸਿੰਘ ਸਭਾ ਗੁਰਦੁਆਰੇ ਤੋਂ ਪਿੱਛੇ, ਉੱਥੇ ਮੋਟਰਸਾਈਕਲ ਵੱਜਿਆ। ਕਾਹਦੇ ਵਿੱਚ ਵੱਜਿਆ? ਸਾਈਕਲ ਜਾਂ ਨਿੱਕਾ ਜਿਹਾ ਨਿਆਣਾ ਸਾਈਕਲ ਲਈ ਆਉਂਦਾ। ਅਚਾਨਕ ਅੱਗੇ ਆ ਗਿਆ ਉਹ? ਹਾਂ। ਅੱਛਾ, ਅਤੇ ਕੌਣ ਕੌਣ ਸੀ ਤੁਸੀਂ? ਅਸੀਂ ਚਾਰ ਜਣੇ। ਕਿਹੜੇ ਕਿਹੜੇ ਨਾਮ, ਕੀ ਉਹਨਾਂ ਦੇ? ਇੱਕ ਸਾਹਿਲ, ਇੱਕ ਡੌਨ, ਇੱਕ ਤਾਂ ਮੈਨੂੰ ਨਾਮ ਨਹੀਂ ਪਤਾ, ਹੁਣੇ ਕੰਮ 'ਤੇ ਲੱਗਿਆ, ਛੋਟਾ ਮੁੰਡਾ ਹੈ। ਅੱਛਾ, ਤੇਰਾ ਪਿੰਡ ਕਿਹੜਾ ਹੈਗਾ? ਮੇਰਾ ਨਾਮ ਹੈ। ਠੀਕ ਹੈ। ਇਸ ਹਾਦਸੇ ਦਾ ਪਤਾ ਚੱਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਜਿਹੜਾ ਰਾਤ ਐਕਸੀਡੈਂਟ ਹੋਇਆ ਹੈਗਾ, ਕੀ ਮਾਮਲਾ ਹੋਇਆ, ਕਿਸ ਤਰ੍ਹਾਂ ਹੈ? ਉਹਦੇ 'ਚ ਇਸ ਤਰ੍ਹਾਂ ਸਾਨੂੰ ਕਰੀਬ 9 ਦੇ ਨੀਅਰ ਅਬਾਊਟ ਅਤਲਾ ਆਈ ਸੀ ਕਿ ਕੋਈ ਐਕਸੀਡੈਂਟ ਹੋਇਆ ਰਾਮਗੜੀਆ ਚੌਂਕ ਦੇ ਨੇੜੇ, ਅਤੇ ਲੜਕੇ ਜਿਹੜੇ ਆ ਉਹ ਮੋਟਰਸਾਈਕਲ 'ਤੇ ਜਾ ਰਹੇ ਸੀਗੇ ਅਤੇ ਉਹ ਉੱਥੇ ਡਿੱਗ ਪਿਆ। ਫਿਰ ਮੌਕੇ 'ਤੇ ਪਹੁੰਚੇ, ਡਿਊਟੀ ਅਫਸਰ ਪਹੁੰਚਿਆ, ਮੈਂ ਵੀ ਗਿਆ, ਅਤੇ ਉਹ ਇਸ ਤਰ੍ਹਾਂ ਸੀਗਾ ਵੀ ਮੋਟਰਸਾਈਕਲ 'ਤੇ ਤਿੰਨ ਲੜਕੇ ਜਿਹੜੇ ਉਹ ਆ ਰਹੇ ਸੀਗੇ ਅਤੇ ਉਹਨਾਂ ਦੇ ਮੂਹਰੇ ਕੋਈ ਬੱਚਾ ਸਾਈਕਲ 'ਤੇ ਸੀਗਾ, ਉਹਨੂੰ ਬਚਾਉਂਦੇ ਹੋਏ ਉਹ ਉੱਥੇ ਥੋੜ੍ਹਾ ਜਿਹਾ ਰੇਤਾ ਪਿਆ ਸੀਗਾ, ਉਹ ਰੇਤਾ 'ਤੇ ਚੜ੍ਹ ਗਿਆ ਮੋਟਰਸਾਈਕਲ 'ਤੇ, ਉੱਥੋਂ ਸਲਿੱਪ ਕਰਕੇ ਉਹ ਮੋਟਰਸਾਈਕਲ ਉਹਨਾਂ ਤੋਂ ਡਿੱਗ ਪਿਆ, ਕੰਟਰੋਲ ਨਹੀਂ ਹੋਇਆ। ਡਿੱਗਣ ਨਾਲ ਉਹਨਾਂ ਦੇ ਸੱਟਾਂ ਲੱਗੀਆਂ, ਇੱਕ ਲੜਕੇ ਦੀ ਸਾਹਿਲ ਦੀ ਜਿਹਦੀ ਉਮਰ ਕਰੀਬ 18 ਦਿਨ ਜਾਂ ਮੋਟਾ, ਉਹਦੀ ਮੌਤ ਹੋ ਗਈ ਆ, ਅਤੇ ਜਿਹੜੇ ਬਾਕੀ ਜ਼ਖਮੀ ਆ ਉਹ ਸਿਵਲ ਹੋਸਪਿਟਲ ਨੇ ਰੈਫਰ ਕੀਤੇ ਆ ਨਕੋਦਰ ਵਾਸਤੇ, ਅਤੇ ਕਾਰਵਾਈ ਕੀਤੀ ਜਾ ਰਹੀ ਆ, ਦੇਖ ਰਹੇ ਹਾਂ, ਬਾਕੀ ਛਾਣਬੀਣ ਕਰ ਰਹੇ ਹਾਂ ਵੀ ਇਹ ਕਿਸ ਤਰ੍ਹਾਂ ਸਲਿੱਪ ਹੋਇਆ, ਕਿਵੇਂ ਘਟਨਾ ਕਿੱਦਾਂ ਵਾਪਰੀ। ਇਹ ਜ਼ਖਮੀ ਲੜਕੇ ਕਿੱਥੋਂ ਕਿੱਥੋਂ ਲੈ ਗਏ? ਜਿਹੜੇ ਜ਼ਖਮੀ ਉਹ ਬਲਵੀਰ ਸਿੰਘ ਅਤੇ ਗੁਰਦੀਪ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ ਅਤੇ ਸਨੀ ਲੜਕਾ, ਇਹ ਜ਼ਖਮੀ ਹੋਏ ਸਨ। ਠੀਕ ਹੈ। ਜਿਹੜੇ ਮ੍ਰਿਤਕ ਲੜਕਾ ਉਹ ਕਿੱਥੋਂ ਲੈ ਗਿਆ ਜੀ? ਜਿਹੜਾ ਮ੍ਰਿਤਕ ਹੈਗਾ ਸਾਹਿਲ, ਇਹ ਕਿੱਲੀ ਪਿੰਡ ਪੈਂਦਾ, ਕਿੱਲੀ ਪਿੰਡ, ਉੱਥੋਂ ਦਾ ਇਹ ਲੇਬਰ ਜੋਬ ਕਰਦੇ ਆ, ਇਹ ਕੋਈ ਲੇਬਰ ਆਪਦੇ ਕੰਮ ਤੋਂ ਹੀ ਵਾਪਸ ਆਪਦੇ ਘਰ ਨਹੀਂ ਆ ਰਹੇ ਸੀ। ਠੀਕ ਹੈ। ਅਤੇ ਡੈੱਡ ਬੋਡੀ? ਡੈੱਡ ਬੋਡੀ ਕੱਲ੍ਹ ਮੋਰਚਰੀ 'ਚ ਪੋਸਟਮਾਰਟਮ ਵਾਸਤੇ ਭੇਜਦੇ ਸੀ। ਅੱਛਾ ਜੀ। ਅਤੇ ਵਾਹਨ ਜਿਹੜੇ ਹੈਗੇ ਜੀ? ਵਾਹਨ ਜਿਹੜੇ ਆ ਉਹ ਪੁਲਿਸ ਨੇ ਕਬਜ਼ੇ 'ਚ ਲੈ ਲਿਆ, ਮੋਟਰਸਾਈਕਲ ਨੰਬਰ ਹੈਗਾ PV08CG7923, ਮੋਟਰਸਾਈਕਲ ਆ ਹੀਰੋ ਨਾਲ, ਹੀਰੋ ਮੋਟਰਸਾਈਕਲ ਪੁਲਿਸ ਨੇ ਕਬਜ਼ੇ 'ਚ ਲੈ ਲਿਆ। ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।